ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜੀ। ਸ਼ੁਕਰੀਆ। ਮੈਂ ਦੱਸਦਾ ਜੀ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ, ਇਸੇ ਤਰ੍ਹਾਂ ਆਪਣਾ ਪਿਆਰ ਜਿਹੜਾ ਸਾਡੇ ਨਾਲ ਬਣਾਈ ਰੱਖਣਾ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਰੋਜ਼ ਜਿਹੜੇ ਜਿਹੜੇ ਵੀ ਮੁੱਦੇ ਨੇ ਜਿਹਨਾਂ ਜਿਹਨਾਂ ਚੀਜ਼ਾਂ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਆਪਾਂ ਪੰਨੂ ਸਾਹਿਬ ਦੇ ਨਾਲ ਗੱਲਬਾਤ ਕਰੀਏ। ਪੰਨੂ ਸਾਹਿਬ ਜੇ ਹੁਕਮ ਕਰੋ ਤਾਂ ਸਵਾਲ ਪਹਿਲਾਂ ਪੁੱਛਾਂ ਜੀ। ਜੰਮੂ ਕਸ਼ਮੀਰ ਦੀ ਸਥਿਤੀ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਹੁਣ ਰਾਜਨਾਥ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜੀ ਵੀ ਉੱਥੇ ਅੱਤਵਾਦੀ ਕਾਰਵਾਈਆਂ ਜਿਹੜੀਆਂ ਨੇ, ਗਤੀਵਿਧੀਆਂ ਜਿਹੜੀਆਂ ਨੇ, ਘਟੀਆਂ ਨੇ, ਪਰ ਦੂਜੇ ਪਾਸੇ ਜਿਹੜਾ ਉਹਨਾਂ ਦਾ ਜਵਾਬ ਆਰ ਟੀ ਆਈ ਦੇ ਵਿੱਚ ਆ ਉਹ ਕੁਛ ਹੋਰ ਆ, ਅਸਲ ਸਥਿਤੀ ਕੀ ਆ ਤੁਸੀਂ ਸਮਝਦੇ? ਦੇਖੋ ਇਹ ਹੁਣ ਦੀ ਗੱਲ ਨਹੀਂ, ਪਹਿਲਾਂ ਤੋਂ ਵੀ ਆ ਕਿ ਭਾਜਪਾ ਲੀਡਰਸ਼ਿਪ ਕਹਿੰਦੀ ਕੁਛ ਹੋ ਰਿਹਾ, ਕਰਦੀ ਕੁਛ ਹੋ ਰਿਹਾ। ਵਾਜਪੇਈ ਸਾਹਿਬ ਆਏ ਜੀ, ਆਉਂਦਿਆਂ ਹੀ ਬਗੈਰ ਕਿਸੇ ਪਲੈਨ ਤੋਂ ਲਾਹੌਰ ਚਲੇ ਗਏ ਜੀ। ਨਵਾਜ਼ ਸ਼ਰੀਫ ਨਾਲ ਜੱਫੀ ਪਾ ਆਏ, ਤਿੰਨ ਮਹੀਨਿਆਂ ਬਾਅਦ ਕਾਰਗਿਲ ਦੀ ਜੰਗ ਲੜਨੀ ਪੈ ਗਈ ਜੀ। ਫਿਰ ਆਖਣ ਵੇਖਿਆ ਸੀ ਉਹਨੇ ਦੰਦ ਖੱਟੇ ਕਰਤੇ, ਪਰ ਤਿੰਨ ਮਹੀਨਿਆਂ ਬਾਅਦ ਜੰਗ ਇਸ ਕਰਕੇ ਲੜੀ ਕਿ ਜਿਸ ਦਿਨ ਇਹ ਲਾਹੌਰ ਤੋਂ ਹੋ ਕੇ ਆਏ, 15 ਦਿਨ ਬਾਅਦ ਪਤਾ ਲੱਗ ਗਿਆ ਸੀ ਕਿ ਉਹਨਾਂ ਨੇ ਘੁਸਪੈਠ ਕਰ ਲਈ ਹੈ, ਅਤੇ ਜਵਾਨੀ ਕਲਾਮੀ ਕੋਸ਼ਿਸ਼ ਕਰਦੇ ਰਹੇ ਕਿ ਨਵਾਜ਼ ਸ਼ਰੀਫ ਨੂੰ ਆਖੀਏ ਕਿ ਆਪਾਂ ਹੁਣੇ ਅਜੇ ਸਮਝੌਤਾ ਕੀਤਾ ਲਾਹੌਰ ਸਮਝੌਤਾ, ਅਤੇ ਬੰਦਿਆਂ ਨੂੰ ਪਿੱਛੇ ਮੋੜ ਲਾ। ਬੰਦਿਆਂ ਨੂੰ ਪਿੱਛੇ ਤਾਂ ਹੀ ਮੋੜਦੇ ਜੇ ਬੰਦਿਆਂ ਵਾਂਗ ਤੁਰੇ ਹੁੰਦੇ, ਤੁਰੇ ਤਾਂ ਲੜਾਈ ਲੜਨ ਦੇ ਮੋੜ ਨਾਲ ਫੌਜ ਦੇ ਮੁਖੀ ਨੇ ਸੀ। ਹੁਣ ਜਦੋਂ ਮੋਦੀ ਸਾਹਿਬ ਆਏ, ਸਾਰੀ ਇਲੈਕਸ਼ਨ 'ਚ ਕਹਿੰਦੇ ਰਹੇ ਕਿ ਜੇ ਮੈਂ ਹਾਰ ਗਿਆ ਤਾਂ ਪਾਕਿਸਤਾਨ 'ਚ ਖੁਸ਼ੀ ਮਨਾਈ ਜਾਵੇਗੀ, ਜੇ ਮੈਂ ਜਿੱਤ ਗਿਆ ਤਾਂ ਪਾਕਿਸਤਾਨ ਨੂੰ ਪਿੱਸੂ ਪੈ ਜਾਣਗੇ, ਯਾਨੀ ਮੈਂ ਪਾਕਿਸਤਾਨ ਦਾ ਬੜਾ ਦੁਸ਼ਮਣ ਹਾਂ, ਅਤੇ ਜਦੋਂ ਜਿੱਤ ਗਿਆ ਤਾਂ ਸਹੁੰ ਚੁੱਕਣ ਲੱਗਿਆ। ਸਭ ਤੋਂ ਪਹਿਲਾਂ ਚੁੱਲ੍ਹੇ ਨੇ ਆਉਂਦਾ ਉਹਨੂੰ ਭੇਜਿਆ ਨਵਾਜ਼ ਸ਼ਰੀਫ ਨੂੰ ਕਿ ਆ ਜਾ ਮੈਂ ਸਹੁੰ ਚੁੱਕਣੀ ਆ ਅਤੇ ਉਦੋਂ ਰਾਤ ਨੂੰ ਰੋਟੀ ਇਕੱਠੇ ਖਾਵਾਂਗੇ, ਇਹਦੀ ਕੀ ਲੋੜ ਸੀ। ਫਿਰ ਇੱਕ ਦੂਸਰੇ ਦੇ ਸ਼ਗਨ ਵਿਹਾਰ, ਇਹਨੇ ਉਹਦੀ ਮਾਤਾ ਵਾਸਤੇ ਸ਼ਾਲ ਭੇਜ ਦਿੱਤੀ, ਉਹਨੇ ਉਹਦੀ ਮਾਤਾ ਜੀ ਵਾਸਤੇ ਸਾੜੀ ਭੇਜ ਦਿੱਤੀ। ਫਿਰ ਕਾਬਲ 'ਚ ਬੈਠਿਆ, ਰੂਸ ਗਿਆ ਸੀ, ਰੂਸ ਤੋਂ ਕਾਬਲ ਆਇਆ, ਕਾਬਲ ਤੋਂ ਇੱਥੇ ਆਉਣਾ ਸੀ, ਉਹਦਾ ਬਰਥਡੇ ਸੀ, ਇਹਨੇ ਵਧਾਈ ਦੇ ਦਿੱਤੀ ਅਤੇ ਨਾਲ ਪੁੱਛ ਲਿਆ ਉਹ ਅੱਜ ਕਿੱਦਾਂ ਕੇਕ ਕੁੱਕ ਕੱਟਣਾ, ਅਤੇ ਉਹਨੇ ਆਖਿਆ ਆ ਜਾ ਕੱਟੀਏ ਇਕੱਠੇ, ਅਤੇ ਰਾਹ 'ਚ ਪੈਂਦਾ ਸੀ ਬਗੈਰ ਕਿਸੇ ਪ੍ਰੋਗਰਾਮ ਤੋਂ ਲਾਹੌਰ ਉਤਰੇ, ਅਤੇ ਉੱਥੇ ਪਿੰਡ ਜਾਤੀ ਉਮਰਾ ਉਹਨਾਂ ਵਸਾਇਆ। ਅਸਲ ਵਿੱਚ ਤਾਂ ਤਰਨ ਤਾਰਨ ਜ਼ਿਲ੍ਹੇ 'ਚ ਖਡੂਰ ਸਾਹਿਬ ਦੇ ਲਾਗੇ ਜਾਤੀ ਉਮਰਾ ਪਿੰਡ ਸੀ, ਜਿੱਥੋਂ ਉੱਠ ਕੇ ਗਿਆ ਸੀ ਅਤੇ ਉੱਥੇ ਜਾ ਕੇ ਉਹਨਾਂ ਲਾਹੌਰ ਦੇ ਲਾਗੇ ਜਾਤੀ ਉਮਰਾ ਵਸਾ ਲਿਆ, ਇਹ ਉਹਦੇ ਪਿੰਡ ਜਾ ਵੜੇ। ਉਦੋਂ 5 ਦਿਨ ਬਾਅਦ ਸੜਕ 'ਤੇ ਹਮਲਾ ਹੋ ਗਿਆ ਏਅਰਫੋਰਸ ਸਟੇਸ਼ਨ 'ਤੇ। ਇਹ ਇੱਥੋਂ ਦੀਆਂ, ਬਾਕੀ ਪੰਜਾਬ ਦੀਆਂ ਅਤੇ ਹੋਰ ਥਾਵਾਂ ਦੀਆਂ ਓਵਰਆਲ ਗੱਲਾਂ ਮੈਂ ਕੀਤੀਆਂ। ਹੁਣ ਲਈ ਜੰਮੂ ਕਸ਼ਮੀਰ ਹਾਲਾਤ ਵਿੱਚ ਮੋੜਾ ਨਹੀਂ ਆਇਆ। ਜਿੰਨੀਆਂ ਵਾਰਦਾਤਾਂ ਪਹਿਲਾਂ ਹੁੰਦੀਆਂ ਸਨ, ਰਾਜਨਾਥ ਸਿੰਘ ਜੀ ਕਹਿੰਦੇ ਨੇ, ਗ੍ਰਹਿ ਮੰਤਰੀ ਸਾਡੇ, ਉਹ ਕਹਿੰਦੇ ਜੀ ਵਾਰਦਾਤਾਂ 'ਚ ਕਮੀ ਆ ਗਈ, ਬੰਦੇ ਘੱਟ ਮਰੇ। ਨੋਇਡਾ 'ਚ ਬੈਠੇ ਇੱਕ ਰੰਜਨ ਨਾਂ ਦੇ ਸਮਾਜ ਸੇਵੀ ਵਰਕਰ ਨੇ, ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਅਰਜ਼ੀਆਂ ਪਾਉਂਦਾ ਅਤੇ ਸਰਕਾਰ ਦੇ ਗੁੱਝੇ ਭੇਦ ਕੱਢਦਾ, ਉਹਨੇ ਇੱਕ ਅਰਜ਼ੀ ਪਾ ਦਿੱਤੀ ਕਿ ਪਿਛਲੇ 3 ਸਾਲਾਂ 'ਚ ਕਿੰਨੀਆਂ ਵਾਰਦਾਤਾਂ ਹੋਈਆਂ ਨੇ, ਅਤੇ ਉਹਦੇ ਤੋਂ ਪਿਛਲੇ 3 ਸਾਲ ਜਦੋਂ ਮਨਮੋਹਨ ਸਿੰਘ ਸੀ ਉਦੋਂ ਕਿੰਨੀਆਂ ਵਾਰਦਾਤਾਂ ਹੋਈਆਂ। ਮਨਮੋਹਨ ਸਿੰਘ ਦੇ ਵਕਤ ਜਿਹੜੀਆਂ ਵਾਰਦਾਤਾਂ ਹੋਈਆਂ ਸਨ 3 ਸਾਲਾਂ 'ਚ, ਨਰਿੰਦਰ ਮੋਦੀ ਦੇ 3 ਸਾਲਾਂ 'ਚ ਉਹਦੇ ਨਾਲੋਂ 78 ਵਾਰਦਾਤਾਂ ਵੱਧ ਹੋਈਆਂ ਨੇ। ਉਹਦੇ ਨਾਲੋਂ ਮੌਤਾਂ ਸਿਵਲੀਅਨ ਲੋਕਾਂ ਦੀਆਂ ਵੱਧ ਹੋਈਆਂ ਨੇ, ਉਹਦੇ ਨਾਲੋਂ ਮੌਤਾਂ ਸਿਕਿਉਰਿਟੀ ਫੋਰਸਿਸ ਦੇ ਜਵਾਨਾਂ ਦੀਆਂ ਵੱਧ ਹੋਈਆਂ ਨੇ। ਹੈਰਾਨੀ ਦੀ ਗੱਲ ਇਹ ਆ ਕਿ ਡਾਕਟਰ ਮਨਮੋਹਨ ਸਿੰਘ ਦੇ ਵਕਤ ਜੰਮੂ ਕਸ਼ਮੀਰ ਦੇ ਵਿੱਚ ਕੁੱਲ ਖਰਚਾ ਜਿਹੜਾ ਕੀਤਾ ਗਿਆ 3 ਸਾਲਾਂ 'ਚ ਉਹ 850 ਕਰੋੜ ਰੁਪਈਆ ਸੀ। ਇਹਨਾਂ ਨੇ 3 ਸਾਲਾਂ 'ਚ ਸਿਕਿਉਰਿਟੀ ਦੇ ਨਾਂ 'ਤੇ ਜੰਮੂ ਕਸ਼ਮੀਰ 'ਚ ਜਿਹੜਾ ਖਰਚਾ ਕੀਤਾ ਉਹਦੇ 850 ਕਰੋੜ ਸੀ, ਇਹਨਾਂ ਦੇ 1890 ਕਰੋੜ ਹੈ। ਅੱਛਾ ਜੀ। ਇਹਦਾ ਮੁੱਲ 1040 ਕਰੋੜ ਵੱਧ ਇਹਨਾਂ ਨੇ ਖਰਚ ਕੀਤਾ, ਅਤੇ ਸਿੱਟਾ ਤਾਂ ਫਿਰ ਕੋਈ ਨਹੀਂ। ਲੋਕ ਪੰਜਾਬੀ 'ਚ ਕਹਿੰਦੇ ਆ ਜਿੰਨਾ ਗੁੜ ਪਾਈ ਉਨਾ ਮਿੱਠਾ ਹੁੰਦਾ, ਇੱਥੇ ਗੁੜ ਪਾਇਆ ਵੀ ਕੌੜਾ ਹੋ ਗਿਆ, ਪੈਸਾ ਤੁਸੀਂ ਸੁੱਟੀ ਗਿਆ ਉੱਥੇ ਕੌੜਾ ਹੋ ਗਿਆ। ਇਹ ਕੀ ਕਰਦੇ ਆ, ਕੰਮ ਘੱਟ ਹੈ ਗਣਾਇਆ ਵੱਧ ਜਾਂਦਾ। ਕਾਰਗਿਲ ਦੀ ਜੰਗ ਜਿੱਤੀ ਗਣਾਈ ਗਈ, ਪਰ ਕੈਪਟਨ ਬਤਰਾ ਜਿਹਦੇ ਅੰਗ ਵੀ ਕੱਢ ਲਏ ਸਨ ਪਾਕਿਸਤਾਨ ਵਾਲਿਆਂ ਨੇ, ਉਹਦੇ ਮਸਲੇ 'ਤੇ ਚੁੱਪ ਵੱਟ ਲਈ। ਫਿਰ ਮਨਮੋਹਨ ਸਿੰਘ ਦੀ ਸਰਕਾਰ ਆ ਗਈ,
ਅਤੇ ਬੀਜੇਪੀ ਵਾਲੇ ਟੀ ਵੀ ਚੈਨਲਾਂ ਦੇ ਉੱਤੇ ਬਹਿਸ ਵਿੱਚ ਕਹਿੰਦੇ ਰਹੇ ਕਿ ਸਰਕਾਰ ਇਸ ਕੇਸ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਕਿਉਂ ਨਹੀਂ ਲੈ ਕੇ ਜਾਂਦੀ, ਸਾਡੀ ਸਰਕਾਰ ਆ ਕੇ ਆਵੇ ਅਤੇ ਅਸੀਂ ਲੈ ਕੇ ਜਾਵਾਂਗੇ, ਜੰਗੀ ਕਿਸ ਦੇ ਨਾਲ ਆ ਹੋਇਆ। ਹੁਣ 3.5 ਸਾਲ ਹੋ ਗਏ ਇਹ ਕੇਸ ਲੈ ਕੇ ਨਹੀਂ ਗਏ। ਮਨਮੋਹਨ ਸਿੰਘ ਦੇ ਵਕਤ ਅੱਧੀ ਰਾਤ ਨੂੰ ਆ ਕੇ ਪਾਕਿਸਤਾਨ ਦੀ ਜਿਹੜੀ ਬਾਰਡਰ ਐਕਸ਼ਨ ਟੀਮ ਹੈ ਜਿਹਨੂੰ ਬੈਟ ਕਹਿੰਦੇ ਆ, ਉਹ 2.5 ਜਵਾਨਾਂ ਦੇ ਸਿਰ ਲਾ ਕੇ ਲੈ ਗਏ। ਬਿਲਕੁਲ, ਬਹੁਤ ਰੌਲਾ ਪਾਇਆ। ਇਹਨਾਂ ਦੇ ਵਕਤ ਵੀ ਆ ਕੇ ਸਿਰ ਕਲਮ ਕਰਕੇ ਚਲੇ ਗਏ। ਹੁਣ ਕੋਈ ਰੌਲਾ ਨਹੀਂ ਪੈ ਰਿਹਾ। ਹੁਣ ਕੀ ਕਹਿੰਦੇ ਆ, ਅਸੀਂ ਜਵਾਬੀ ਕਾਰਵਾਈ ਕੀਤੀ, ਸਰਜੀਕਲ ਸਟਰਾਈਕ ਕੀਤਾ। ਜਿਹੜਾ ਸਰਜੀਕਲ ਸਟਰਾਈਕ ਇਹ ਕਹਿੰਦੇ ਆ, ਫੋਰਸ ਇੱਦਾਂ ਦੀ ਜਿਹੜੀ ਸਟਰਾਈਕ ਕਰਦੀ ਹੁੰਦੀ ਆਮ ਤੌਰ 'ਤੇ ਉਹਦਾ ਰੌਲਾ ਨਹੀਂ ਪੈਂਦਾ ਜੀ, ਉਹ ਵੀ ਕਰਦੇ ਆ ਅਤੇ ਅਸੀਂ ਵੀ ਕਰਦੇ ਹਾਂ। ਇਹ ਕਹਿੰਦੇ ਜੀ ਪਹਿਲਾਂ ਅੱਜ ਤੱਕ ਦੇ ਕਿਸੇ ਨੇ ਹੋਇਆ ਹੀ ਨਹੀਂ ਕੋਈ ਇਹੋ ਜਿਹਾ ਸਰਜੀਕਲ ਸਟਰਾਈਕ। ਫਿਰ ਇੱਕ ਬੰਦੇ ਨੇ ਅਰਜੀ ਦੇ ਦਿੱਤੀ ਆਰਮੀ 'ਚ ਵੀ ਡਿਫੈਂਸ ਮਿਨਿਸਟਰੀ ਨੂੰ ਕਿ ਅੱਗੇ ਵੀ ਕਦੇ ਕੋਈ ਸਰਜੀਕਲ ਸਟਰਾਈਕ ਹੋਇਆ ਜੀ, ਅਤੇ ਉਹਨਾਂ ਨੇ ਕਿਹਾ ਜੀ ਅੱਜ ਤੱਕ ਕਦੇ ਨਹੀਂ ਹੋਇਆ। ਅਤੇ ਇਹਨਾਂ ਨੇ ਉਸ ਮੁੱਦੇ ਨੂੰ ਚੁੱਕ ਲਿਆ ਕਿ ਦੇਖੋ ਆਰਮੀ ਕਹਿੰਦੀ ਅੱਜ ਤੱਕ ਸਰਜੀਕਲ ਸਟਰਾਈਕ ਕਦੇ ਨਹੀਂ ਹੋਇਆ। ਇਹ ਸਧਾਰਨ ਲੋਕਾਂ ਨੂੰ ਤਾਂ ਇਹਦੇ ਨਾਲ ਪਛਲਾਇਆ ਜਾ ਸਕਦਾ। ਅਸੀਂ ਜਿਹੜੇ ਪੱਤਰਕਾਰੀ ਖੇਤਰ 'ਚ ਆ ਸਾਡੀ ਹਾਲਤ ਹੋਰ ਹੁੰਦੀ ਆ ਜੀ, ਸਾਨੂੰ ਇਹ ਪਤਾ ਕਿ ਆਰਮੀ ਵਾਲੇ ਕੋਈ ਵੀ ਕੰਮ ਕਰਨ, ਕਿਸੇ ਥਾਂ 'ਤੇ ਦਰਿਆ 'ਤੇ ਪੁਲ ਵੀ ਬਣਾਉਣ, ਅਤੇ ਉਸ ਕੰਮ ਦਾ ਇੱਕ ਆਪਰੇਸ਼ਨਲ ਨਾਂ ਰੱਖ ਦਿੰਦੇ ਜੀ। ਕੋਈ ਆਪਰੇਸ਼ਨ ਵੁੱਡ ਰੋਜ਼ ਹੋ ਸਕਦਾ, ਕੋਈ ਆਪਰੇਸ਼ਨ ਸਰਜੀਕਲ ਸਟ੍ਰਾਈਕ ਹੋ ਸਕਦਾ, ਕੋਈ ਆਪਰੇਸ਼ਨ ਗ੍ਰੀਨਫੀਲਡ ਹੋ ਸਕਦਾ, ਕੋਈ ਆਪਰੇਸ਼ਨ ਗੁਲਾਬ ਦਾ ਫੁੱਲ ਹੋ ਸਕਦਾ ਜੀ। ਇਹਨਾਂ ਨੇ ਜਿਹੜਾ ਕੀਤਾ ਉਹਦਾ ਨਾਂ ਆਪਰੇਸ਼ਨ ਸਰਜੀਕਲ ਸਟ੍ਰਾਈਕ ਸੀ। ਜੇ ਕੋਈ ਇਹ ਪੁੱਛਿਆ ਕਿ ਅੱਗੇ ਸਰਜੀਕਲ ਸਟ੍ਰਾਈਕ ਹੋਇਆ, ਤਾਂ ਉਹ ਆਖਣਗੇ ਜੀ ਆਪਰੇਸ਼ਨ ਸਰਜੀਕਲ ਸਟ੍ਰਾਈਕ ਤਾਂ ਪਹਿਲੀ ਵਾਰ ਹੋਇਆ। ਪਰ ਜੇ ਕੋਈ ਇਹ ਪੁੱਛੇ ਕਿ ਸਰਜੀਕਲ ਸਟ੍ਰਾਈਕ ਵਰਗਾ ਕੋਈ ਹੋਰ ਸਟ੍ਰਾਈਕ ਹੋਇਆ, ਇਸ ਤਰ੍ਹਾਂ ਦਾ ਕੋਈ ਹੋਰ ਆਪਰੇਸ਼ਨ ਹੋਇਆ, ਫਿਰ ਦੱਸਣਾ ਪੈ ਸਕਦਾ ਸੀ। ਸਵਾਲ ਪੁੱਛਣ ਵਾਲੇ ਨੇ ਵੀ ਸਿਰਫ ਇਹ ਪੁੱਛਿਆ ਕਿ ਕੀ ਅੱਗੇ ਵੀ ਕਦੇ ਸਰਜੀਕਲ ਸਟ੍ਰਾਈਕ ਹੋਇਆ। ਤੁਸੀਂ ਆਹ ਵੇਖਿਆ ਜਿੰਨੇ ਸਮੁੰਦਰ 'ਚ ਹੜ੍ਹ ਆਉਂਦੇ ਆ, ਕਦੇ ਸੁਨਾਮੀ ਆ ਗਈ, ਕਦੇ ਕੁਛ ਆ ਗਿਆ, ਲੋਕ ਪੁੱਛਦੇ ਜਿੰਨੇ ਤੂਫਾਨ ਆਉਂਦੇ ਨੇ ਸਮੁੰਦਰ 'ਚ, ਤੂਫਾਨ ਆਉਂਦੇ ਨੇੜੇ, ਇਹਨਾਂ ਸਾਰੇ ਤੂਫਾਨਾਂ ਦੇ ਨਾਂ ਹੁੰਦੇ ਆ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਤੂਫਾਨ ਲਗਭਗ ਇੱਕੋ ਕਿਸਮ ਦੇ ਹੁੰਦੇ ਆ, ਕੋਈ ਵੱਧ ਮਾਰੂ ਹੁੰਦਾ, ਕੋਈ ਘੱਟ ਹੁੰਦਾ। ਬਿਲਕੁਲ ਸਹੀ। ਪਰ ਹਰ ਵਾਰੀ ਉਸ ਇਲਾਕੇ ਦੇ ਜਿਹੜੇ ਮੌਸਮ ਵਿਗਿਆਨੀ ਉਹ ਫੈਸਲਾ ਕਰਦੇ ਆ ਕਿ ਇਸ ਵਾਰੀ ਇਸ ਤੂਫਾਨ ਦਾ ਨਾਂ ਆ ਰੱਖਣਾ, ਇੱਕੋ ਜਿਹੇ ਤੂਫਾਨ ਹੁੰਦੇ ਆ ਵੀ ਉਹਨਾਂ ਦੇ ਹਰ ਵਾਰੀ ਨਾਂ ਰੱਖੇ ਜਾਂਦੇ। ਇਸੇ ਤਰ੍ਹਾਂ ਹੀ ਫੌਜ ਦੇ ਹਰ ਐਕਸ਼ਨ ਦਾ ਕੋਈ ਆਪਰੇਸ਼ਨਲ ਨਾਂ ਰੱਖਿਆ ਜਾਂਦਾ। ਜੇ ਇਹ ਪੁੱਛੋ ਕਿ ਅੱਗੇ ਕਦੇ ਆਪਰੇਸ਼ਨ ਸਰਜੀਕਲ ਸਟ੍ਰਾਈਕ ਹੋਇਆ, ਆਖਣਗੇ ਨਹੀਂ ਹੋਇਆ। ਪਰ ਉੱਦਾਂ ਇੱਦਾਂ ਦੇ ਇਹੋ ਜਿਹੇ ਕਈ ਕੰਮ ਹੁੰਦੇ ਰਹਿੰਦੇ ਆ। ਸਾਡੇ ਪੰਜਾਬੀ ਦੇ ਕਹਾਣੀਕਾਰ ਕਰਨਲ ਜਸਵੀਰ ਭੁੱਲਰ ਨੇ ਲਿਖਿਆ ਸੀ, ਜਿੱਥੇ ਕੁਝ ਨਹੀਂ ਹੁੰਦਾ ਉੱਥੇ ਕੀ ਹੁੰਦਾ, ਜਿੱਥੇ ਕੁਝ ਨਹੀਂ ਹੁੰਦਾ ਉੱਥੇ ਕੀ ਹੁੰਦਾ। ਸਿਆਚਿਨ ਗਲੇਸ਼ੀਅਰ ਬਾਰੇ ਉਹਨੇ ਕਹਾਣੀ ਲਿਖੀ ਸੀ, ਉਹ 'ਚੋਂ ਕਹਿੰਦਾ ਕਿ ਇੱਕ ਦਿਨ ਉੱਥੇ ਫੌਜ ਵਾਲੇ ਬਹੁਤ ਖੁਸ਼ੀ ਮਨਾ ਰਹੇ ਸੀ ਕਿ ਅੱਜ ਅਸੀਂ ਪਾਕਿਸਤਾਨ ਦੇ 12-13 ਬੰਦੇ ਮਾਰਤੇ, ਅਤੇ ਕਹਿੰਦਾ ਮੈਂ ਸੋਚ ਰਿਹਾ ਸਾਂ ਕਿ ਕੱਲ੍ਹ ਉਹ ਮਨਾਉਂਦੇ ਪਏ ਸੀ ਕਿਉਂਕਿ ਉਹਨਾਂ ਸਾਡੇ ਮਾਰੇ ਸੀ। ਉਹ ਥਾਵਾਂ ਇਹੋ ਜਿਹੀਆਂ ਜਿੱਥੇ ਕਦੇ ਉਹ ਮਾਰ ਗਏ, ਕਦੇ ਅਸੀਂ ਮਾਰ ਗਏ। ਇਹ ਲੜਾਈ ਇਸ ਬਾਰਡਰ ਦੇ ਉੱਤੇ ਕੰਟਰੋਲ ਰੇਖਾ 'ਤੇ ਚੱਲਦੀ ਰਹੀ ਹੈ, ਚੱਲਦੀ ਪਈ ਹੈ। ਬਦਕਿਸਮਤੀ ਇਹ ਹੈ, ਕਹਿਣ ਲੱਗਿਆ ਕਿ ਅਜੇ ਪਤਾ ਨਹੀਂ ਕਦੋਂ ਤੱਕ ਚੱਲਦੀ ਰਹਿਣੀ। ਸਹੀ ਗੱਲ। ਅਤੇ ਦੂਸਰੇ ਪਾਸੇ ਬਦਕਿਸਮਤੀ ਇਹ ਵੀ ਹੈ ਕਿ ਲੀਡਰਾਂ ਦਾ ਜਿਹੜੇ ਬਿਆਨ ਨੇ ਉਹ ਕੁਛ ਹੋਰ ਨੇ, ਅਤੇ ਗਰਾਊਂਡ ਰਿਐਲਿਟੀ ਕੁਛ, ਮਨ ਹੋਰ ਮੁੱਖ ਹੋਰ। ਬਿਲਕੁਲ ਸਹੀ ਗੱਲ ਜੀ। ਆਪਾਂ ਇੱਕ ਬ੍ਰੇਕ ਦੇ ਲਈ ਮਿਲਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਛੇਤੀ ਵਾਪਸ ਆਵਾਂਗੇ ਜੀ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ, ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ 'ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਅਤੇ ਹੋਰ ਬਹੁਤ ਸਾਰੇ ਪਲੇਟਫਾਰਮਸ 'ਤੇ ਅਵੇਲੇਬਲ ਹਾਂ। ਅਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਪਾਂ ਇਸ ਵਕਤ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਹਾਂ। ਪੰਨੂ ਸਾਹਿਬ ਸਾਡੇ ਨਾਲ ਨੇ। ਪੰਨੂ ਸਾਹਿਬ, ਇੱਕ ਬੜੀ ਅਹਿਮ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ, ਸਬਸਿਡੀਆਂ ਦੇ ਉੱਪਰ, ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਦੇ ਉੱਪਰ, ਖਾਸ ਕਰਕੇ ਜੇ ਆਪਾਂ ਆਮਦਨ ਕਰ ਦੇ ਵਿੱਚ ਰਿਬੇਟ ਦੀ ਗੱਲ ਕਰ ਲਈਏ ਜਾਂ ਜਿਹੜੀ ਬਿਜਲੀ ਫ੍ਰੀ ਦਿੱਤੀ ਜਾਂਦੀ ਉਹਦੇ ਉੱਪਰ, ਹੁਣ ਉਹ 'ਤੇ ਇੱਕ ਨਵੀਂ ਚਰਚਾ ਇਹ ਛਿੜੀ ਹੈ ਕਿ ਜਿਹੜੇ ਧਨੀ ਕਿਸਾਨ ਨੇ, ਜਿਹੜੇ ਵੱਡੇ ਨੇ, ਚਾਹੇ ਉਹਨਾਂ ਦੇ ਕਾਰੋਬਾਰ ਕੁਛ ਹੋਰ ਨੇ, ਪਰ ਆਪਣੇ ਆਪ ਨੂੰ ਕਿਸਾਨ ਕੈਟਾਗਰੀ ਦੇ ਵਿੱਚ ਰੱਖ ਕੇ ਜਿਹੜੇ ਬੈਨੀਫਿਟ ਲੈਂਦੇ ਨੇ, ਉਹਨਾਂ ਨੂੰ ਬੰਦ ਕਰਨ ਦੀ ਗੱਲਬਾਤ ਚੱਲੀ ਆ, ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ, ਕਿਸਾਨਾਂ ਦੀਆਂ ਕਈ ਤੈਅ ਨੇ। ਇੱਕ ਕਿਸਾਨ ਉਹ ਨੇ ਜਿਨ੍ਹਾਂ ਦੇ ਕੋਲ ਆਪਣੀ ਜ਼ਮੀਨ ਹੈ ਨਹੀਂ ਜੀ, ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ, ਜੇ ਕੋਈ ਕੁਦਰਤੀ ਆਫਤ ਆ ਜਾਵੇ, ਫਸਲ ਤਬਾਹ ਹੋ ਜਾਵੇ, ਅਤੇ ਮੁਆਵਜ਼ਾ ਉਹਨਾਂ ਨੂੰ ਨਹੀਂ ਮਿਲਦਾ ਜਿਹਦੇ ਨਾਂ 'ਤੇ ਜ਼ਮੀਨ ਹੈ ਉਹਨੂੰ ਮਿਲ ਜਾਂਦਾ, ਕਿਉਂਕਿ ਉਹ ਕਾਗਜ਼ਾਂ ਵਿੱਚ ਉਹ ਕਿਸਾਨ ਹੈ ਹੀ ਨਹੀਂ।
ਅਤੇ ਜਿਹਦੇ ਨਾਂ 'ਤੇ ਜ਼ਮੀਨ ਹੁੰਦੀ ਆ ਉਹ ਵੀ ਕਹਿੰਦਾ ਕਿ ਤੂੰ ਮੈਨੂੰ ਠੇਕੇ ਦੇ ਪੈਸੇ ਦੇਣੇ, ਮੈਨੂੰ ਸਰਕਾਰ ਨੇ ਦਿੱਤੇ, ਤੂੰ ਆਪਣਾ ਤੁਰਦਾ ਉਹ ਚਲਾ ਮਹਾਰਾਜ। ਦੂਸਰਾ ਕਿਸਾਨ ਉਹ ਆ ਜਿਹੜਾ ਮਾਰਜੀ ਨਾਲ ਕੰਢੇ 'ਤੇ ਬੈਠਾ, 2-2.5 ਏਕੜ ਜ਼ਮੀਨ ਆ, ਗੁਜ਼ਾਰਾ ਨਹੀਂ ਹੁੰਦਾ। ਤੀਸਰਾ ਕਿਸਾਨ ਆ ਥੋੜ੍ਹਾ ਜਿਹਾ ਅੱਧ ਵਿਚਾਲੇ ਵਾਲਾ, ਮੱਧ ਦਰਜੇ ਦਾ, ਉਹਦੇ 'ਚ ਵੀ 2-3 ਤਿਆਂ ਨੇ, ਕੋਈ ਥੋੜ੍ਹਾ ਜਿਹਾ ਸੌਖਾ, ਕੋਈ ਥੋੜ੍ਹਾ ਜਿਹਾ ਔਖਾ। ਇਹਨਾਂ ਤੋਂ ਉੱਪਰ ਧਨੀ ਕਿਸਾਨੀ ਹੈ। ਆਮ ਤੌਰ 'ਤੇ ਕਿਹਾ ਜਾਂਦਾ ਕਿ ਵੱਡਾ ਕਿਸਾਨ ਖੇਤੀ ਨੂੰ ਖਾਂਦਾ ਅਤੇ ਛੋਟੇ ਕਿਸਾਨ ਨੂੰ ਖੇਤੀ ਖਾ ਗਈ ਆ। ਉਹਦਾ ਕਾਰਨ ਕੀ ਆ? ਛੋਟੇ ਕਿਸਾਨ ਨੇ ਆਪਣੀ ਲੋੜ ਜੋਗੇ ਥੋੜ੍ਹੇ ਜਿਹੇ ਪੱਠੇ ਵੀ ਬੀਜਣੇ, ਜਾਨਵਰਾਂ ਵਾਸਤੇ ਚਾਰਾ ਬੀਜਣਾ, ਬਿਲਕੁਲ, ਥੋੜ੍ਹੀ ਜਿਹੀ ਦੂਜੀ ਫਸਲ ਵੀ ਬੀਜਣੀ ਆ। ਜਦੋਂ ਬੀਜ ਲੈਣ ਜਾਓ ਤਾਂ ਬੀਜ ਦੇ ਪੈਕਟ ਜਿਹੜੇ ਆ ਅੱਧੇ ਏਕੜ ਤੋਂ ਘੱਟ ਵਾਸਤੇ ਮਿਲਦਾ ਹੀ ਨਹੀਂ। ਕੀੜੇ ਮਾਰ ਦਵਾਈ ਲਵੇ ਉਹ ਵੀ ਏਕੜ ਦੇ ਹਿਸਾਬ ਨਾਲ ਮਿਲਦੀ ਹੈ। ਫਸਲ ਉਹਦੀ ਅੱਧੇ ਏਕੜ ਤੋਂ ਵੀ ਘੱਟ ਹੁੰਦੀ ਹੈ, 2 ਕਨਾਲ ਉਹਨੇ ਪੱਠੇ ਬੀਜੇ ਹੁੰਦੇ ਆ ਅਤੇ ਖਰਚਾ ਉਹ 3 ਏਕੜ ਦਾ ਆਇਆ ਹੁੰਦਾ, ਬਿਲਕੁਲ, ਕੀ ਕਰਿਓ। ਇਹਨਾਂ ਤੋਂ ਉੱਪਰ ਇੱਕ ਧਨੀ ਕਿਸਾਨੀ ਹੈ ਜਿਹਨਾਂ ਕੋਲ ਮੈਕਾਨਾਈਜ਼ ਸਾਰੀ ਖੇਤੀ ਹੈ। ਬਾਦਲ ਸਾਹਿਬ ਦੇ ਕੋਲ ਜੇ 1200-2400 ਏਕੜ ਜ਼ਮੀਨ ਹੋਵੇ ਅਤੇ ਆਪ ਉੱਥੇ ਖੇਤੀ ਕਰਨ ਹੜ ਪਾਉਣ ਥੋੜ੍ਹਾ ਜਾਂਦੇ ਆ, ਮਸ਼ੀਨਾਂ ਰੱਖੀਆਂ ਨੇ, ਕਰਿੰਦੇ ਰੱਖੇ ਨੇ, ਉਹਨਾਂ ਉੱਤੇ ਮੈਨੇਜਰ ਨੇ, ਮੈਨੇਜਰਾਂ ਦੇ ਬਕਾਇਦਾ ਦਫ਼ਤਰ ਨੇ, ਏਅਰ ਕੰਡੀਸ਼ਨ ਦਫ਼ਤਰ, ਉੱਥੇ ਬੈਠ ਕੇ ਉਹ ਕਹਿੰਦੇ ਇੱਕ ਟਰੈਕਟਰ ਨੰਬਰ 3 ਉਹ ਦੱਖਣ ਵਾਲੇ ਟਿੱਬਿਆਂ ਨੂੰ ਤੋਰ ਦਿਓ, ਟਰੈਕਟਰ ਨੰਬਰ 11 ਉਹ ਪਹਾੜ ਵਾਲੇ ਪਾਸੇ ਨੂੰ ਤੋਰ ਦਿਓ। ਮੈਨੇਜਰ ਸਾਰਾ ਕੁਛ ਕਰਦੇ ਆ। ਬਿਲਕੁਲ, ਇਹਨਾਂ ਦੇ ਕੋਲ ਇੰਨੀ ਮਸ਼ੀਨਰੀ ਹੁੰਦੀ ਆ ਕਿ ਲੋੜ ਜੋਗਾ ਪੈਟਰੋਲ ਪੰਪ ਵੀ ਆਪਣਾ ਹੁੰਦਾ ਅਤੇ ਸਿੱਧੀ ਸਪਲਾਈ ਲੈਂਦੇ ਆ, ਇਹਨਾਂ 'ਤੇ ਕੋਈ ਮੁਕਾਬਲਾ ਨਹੀਂ। ਇਹਨਾਂ ਤੋਂ ਉੱਪਰ ਇੱਕ ਹੋਰ ਤੈਅ ਹੈਗੀ ਆ ਜਿਹੜੀ ਤੈਅ ਲੁਕਵੀਂ ਕਿਸਾਨੀ ਵਾਲੀ ਆ। ਸਾਡੇ ਦੇਸ਼ ਵਿੱਚ ਇਹ ਆ ਕਿ ਜਿਹੜੀ ਖੇਤੀ ਦੀ ਆਮਦਨ ਉਹ 'ਤੇ ਟੈਕਸ ਨਹੀਂ ਲੱਗਦਾ। ਜਿੰਨੇ ਵੱਡੇ ਸਰਮਾਏਦਾਰ ਨੇ, ਜਿੰਨੇ ਵੱਡੇ ਚੋਰ ਕਿਸਮ ਦੇ ਅਫਸਰ ਨੇ, ਜਿੰਨੇ ਵੱਡੇ ਚੋਰ ਕਿਸਮ ਦੇ ਕਲਾਕਾਰ ਨੇ, ਐਕਟਰ ਨੇ, ਚੋਰ ਕਿਸਮ ਦੇ ਸਾਰੇ ਨਹੀਂ, ਉਹ ਕੀ ਕਰਦੇ ਆ ਕਿ ਆਪਣੀ ਬਲੈਕ ਮਨੀ ਲਗਾਉਣ ਵਾਸਤੇ ਕਿਸੇ ਨੇ 10 ਏਕੜ ਜ਼ਮੀਨ ਲਈ ਹੁੰਦੀ, ਕਿਸੇ ਨੇ 20 ਏਕੜ ਜ਼ਮੀਨ ਲਈ ਹੁੰਦੀ ਹੈ। ਕਿਸਾਨਾਂ ਨੂੰ ਤਾਂ ਏਕੜ ਦੇ ਵਿੱਚੋਂ 1 ਲੱਖ ਰੁਪਈਆ ਨਹੀਂ ਬਚਦਾ ਸਾਲ ਦਾ। ਇਹ ਕਹਿਣਗੇ ਜੀ ਉਸ ਮੇਰੀ ਏਕੜ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਫਲਾਣੀ ਫਸਲ ਲਾਈ ਸੀ, ਉਹ 'ਚੋਂ 1.5 ਕਰੋੜ ਰੁਪਈਆ ਹੋ ਗਿਆ। ਬਲੈਕ ਮਨੀ ਦਾ 1.5 ਕਰੋੜ ਉੱਥੋਂ ਦਾ ਵਿਖਾ ਕੇ ਵਾਈਟ ਕਰ ਲੈਂਦੇ। ਇਹਨਾਂ 'ਚੋਂ ਕੰਢੀ ਦੇ ਵਿੱਚ ਚਲ ਜਾਓ ਤੁਸੀਂ, ਹੁਸ਼ਿਆਰਪੁਰ ਵੱਲ, ਉੱਥੇ ਵੱਡੇ ਵੱਡੇ ਫਾਰਮ ਸਾਰੇ ਕਿਸਾਨਾਂ ਦੇ ਨੀਗੇ, ਵੱਡੇ ਅਫਸਰਾਂ ਦੇ। ਉਹਨਾਂ 'ਚੋਂ ਕਈ ਇਹੋ ਜਿਹੜੇ ਖੇਤਾਂ 'ਚ ਕਰਦੇ ਕੱਖ ਨੇ। ਅਮਿਤਾਭ ਬੱਚਨ ਨੇ ਇੱਦਾਂ ਦਾ ਇੱਕ ਬਣਾ ਲਿਆ ਸੀ ਫਾਰਮ ਜੀ, ਪਿੰਡ 'ਚੋਂ ਜ਼ਮੀਨ ਲੈ ਲਈ ਕਿ ਮੈਂ ਇੱਥੇ ਮੈਡੀਕਲ ਕਾਲਜ ਖੋਲੂੰਗਾ, ਅਤੇ ਮੈਡੀਕਲ ਕਾਲਜ ਖੋਲਣ ਦੇ ਬਜਾਏ ਉੱਥੇ ਕਾਗਜ਼ਾਂ ਵੀ ਖੋਣਾ ਸ਼ੁਰੂ ਕਰਤਾ, ਮੈਂ ਖੇਤੀ ਕਰਦਾ, ਖੇਤੀ ਦੇ ਨਾਂ 'ਤੇ ਟੈਕਸ ਲਗਾਉਣਾ ਸ਼ੁਰੂ ਕਰਦਾ। ਇੱਦਾਂ ਦੀਆਂ ਕਹਾਣੀਆਂ ਬਹੁਤ ਹੁੰਦੀਆਂ ਨੇ। ਬਿਲਕੁਲ, ਹੁਣ ਹਾਈ ਕੋਰਟ ਦੇ ਵਿੱਚ ਇਹ ਗੱਲ ਠੀਕ ਆਖੀ ਗਈ ਆ ਕਿ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਨੂੰ ਸਬਸਿਡੀਆਂ ਦੀ ਕੀ ਲੋੜ ਹੈ ਜੀ। ਸਾਡੇ ਦੇਸ਼ ਵਿੱਚ ਸਬਸਿਡੀਆਂ ਨੇ, ਇੰਗਲੈਂਡ ਵਗੈਰਾ 'ਚ ਸਬਸਿਡੀਆਂ ਨੀਗੀਆਂ। ਕਰਾਪ ਸਪੋਰਟ ਹੈ ਕਿ ਜਦੋਂ ਫਸਲ ਮਾੜੀ ਹੋਵੇ ਸਰਕਾਰ ਕਿਸਾਨਾਂ ਨੂੰ ਕੁਝ ਪੈਸੇ ਕਰਾਪ ਸਪੋਰਟ ਦੇ ਤੌਰ 'ਤੇ, ਫਸਲ ਦੀ ਮਦਦ ਦੇ ਤੌਰ 'ਤੇ ਦਿੰਦੀ ਹੈ ਜੀ। ਅਤੇ ਕਮਾਲ ਦੀ ਗੱਲ ਇਹ ਹੈ ਕਿ ਛੋਟੇ ਕਿਸਾਨ 30-40-50 ਏਕੜ ਵਾਲਿਆਂ ਨੂੰ ਤਾਂ ਮਿਲਦੀ ਹੈ। ਉਹਨਾਂ ਦੀ ਜਿਹੜੀ ਕੁਈਨ ਐਲਜਾਬੈਥ ਆ, ਦੇਸ਼ ਦੁਨੀਆਂ ਦੇ 31-32 ਦੇਸ਼ਾਂ ਦੀ ਕੁਈਨ ਆ ਉਹ ਜੀ, ਉਹਦੇ ਵੀ ਬੜੇ ਵੱਡੇ ਫਾਰਮ ਆ, ਕਰਾਪ ਸਪੋਰਟ ਉਹਨੂੰ ਵੀ ਮਿਲ ਜਾਂਦੀ, ਵਿਚਾਰੀ ਗਰੀਬੜੀ ਆ, ਕੀ ਕੀਤਾ ਜਾਵੇ। ਇੱਥੇ ਵੀ ਆ ਪਿੰਡ ਵਿੱਚ ਬੈਠੇ ਕੋਈ ਤੇਜਾ ਸੋ, ਕੋਈ ਸੁਲੱਖਣ ਸੋ, ਕੋਈ ਟੇਕ ਚੰਦ, ਇਹ ਰਹਿ ਜਾਂਦੇ ਆ, ਬਾਦਲ ਸਾਹਿਬ ਨੂੰ ਮਿਲ ਜਾਂਦੀ ਹੈ। ਹੁਣ ਮਨਪ੍ਰੀਤ ਬਾਦਲ ਦਾ ਨਾਂ ਆ ਗਿਆ, ਉਹਨੂੰ ਵੀ ਸਬਸਿਡੀ ਦੇ 'ਚ ਕਾਫੀ ਪੈਸੇ ਮਿਲ ਗਏ। ਬਿਲਕੁਲ, ਇਹ ਜਿਹੜੀਆਂ ਸਬਸਿਡੀਆਂ ਨੇ ਵੱਡੇ ਲੋਕਾਂ ਨੂੰ ਆਪਣੇ ਤੌਰ 'ਤੇ ਕਹਿ ਦੇਣਾ ਚਾਹੀਦਾ ਕਿ ਸਾਨੂੰ ਨਹੀਂ ਚਾਹੀਦੀਆਂ। ਇੱਕ ਵਾਰੀ ਪੰਜਾਬ ਦੀ ਵਿਧਾਨ ਸਭਾ 'ਚ ਗੱਲ ਚੱਲੀ, ਸੁਖਪਾਲ ਸਿੰਘ ਖਹਿਰੇ ਨੇ ਆਖਿਆ ਜੀ ਮੈਂ ਅੱਜ ਸਬਸਿਡੀ ਛੱਡੀ। ਉਦੋਂ ਬਾਅਦ ਕਿਸੇ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਪਾਵਰ ਕਾਮ ਤੋਂ ਪੁੱਛਿਆ, ਬਿਜਲੀ ਕਾਰਪੋਰੇਸ਼ਨ ਤੋਂ, ਕਿ ਹੁਣ ਤੱਕ ਕਿੰਨੇ ਬੰਦਿਆਂ ਨੇ ਛੱਡੀ ਹੈ। ਸਾਰੇ ਪੰਜਾਬ 'ਚੋਂ 1.25 ਲੱਖ ਸੁਖਪਾਲ ਖਹਿਰਾ ਹੀ ਨਿਕਲਿਆ ਜਿਹਨੇ ਛੱਡੀ ਹੈ, ਬਾਕੀ ਕਿਸੇ ਛੱਡੀ ਨਹੀਂ। ਜੇ ਕਿਸੇ ਛੱਡੀ ਦੱਸੋ ਤਾਂ ਅਸੀਂ ਇਹ ਛੱਡੀ ਆ, ਜਾਂ ਪਾਵਰ ਕਾਮ ਦੱਸੇ ਛੱਡੀ ਆ, ਉਹਨੇ ਇਕੱਲੇ ਨੇ ਛੱਡੀ ਹੈ, ਬਾਕੀ ਵੀ ਜਿਹਨਾਂ ਕੋਲ ਹੈਗੀ ਆ, ਜਿਹਨਾਂ ਕੋਲ ਬਥੇਰਾ ਕੁਛ ਆ, ਕੋਈ ਕੱਕੀ ਕੀੜੀ ਨਹੀਂ ਪਈ, ਹਰ ਸਾਲ 10-20 ਏਕੜ ਹੋਰ ਖਰੀਦ ਲੈਂਦੇ ਆ, ਉਹ ਛੱਡ ਦੇਣ ਕੀ ਅਰਜ਼। ਪ੍ਰਧਾਨ ਮੰਤਰੀ ਦੇ ਕਹਿ ਤੋਂ ਕਈ ਲੋਕਾਂ ਨੇ ਗੈਸ ਦੇ ਸਿਲੰਡਰਾਂ ਦੀ ਸਬਸਿਡੀ ਛੱਡੀ ਹੈ। ਹੁਣ ਤੱਕ ਜਿਹੜੇ ਉਹ ਸਬਸਿਡੀਆਂ ਲੈਂਦੇ ਸੀ, ਉਹਨਾਂ 'ਚ ਅੰਬਾਨੀ ਪਰਿਵਾਰ ਵੀ ਸੀ, ਵੱਡੇ ਵੱਡੇ ਉਹ ਪਰਿਵਾਰ ਵੀ ਸੀ ਜਿਨ੍ਹਾਂ ਦੇ ਕੋਲ ਇੰਨੀ ਦੌਲਤ ਹੈ ਕਿ ਗਿਣੀ ਨਹੀਂ ਜਾਂਦੀ। ਗਿਣਨ ਵਾਸਤੇ ਜਿਹੜੇ ਮੁਨਸ਼ੀ ਰੱਖੇ, ਉਹਨਾਂ ਮੁਨਸ਼ੀਆਂ ਦੀ ਵੀ ਗਿਣਤੀ ਨਹੀਂ ਕੀਤੀ ਜਾਂਦੀ, ਪਤਾ ਨਹੀਂ ਕਿੰਨੇ 100 ਨੇ ਕਿ ਕਿੰਨੇ 1000 ਨੇ, ਉਹ ਵੀ ਸਬਸਿਡੀਆਂ ਲਈ ਗਏ।
ਕਿ 2-400 ਰੁਪਏ ਦੀ ਸਬਸਿਡੀ ਹੈ। ਬਿਲਕੁਲ ਸਹੀ। ਅਤੇ ਹੁਣ ਜਿਹੜਾ ਹਾਈ ਕੋਰਟ 'ਚ ਕੇਸ ਚਲਾ ਗਿਆ, ਉੱਥੇ ਜਾ ਕੇ ਜਿਹੜੀ ਇਸ ਵੇਲੇ ਵਿਚਾਰ ਚੱਲਦੀ ਪਈ ਹੈ, ਉਹਦੇ ਤੋਂ ਸਾਨੂੰ ਇਹ ਆਸ ਰੱਖਣੀ ਚਾਹੀਦੀ ਹੈ ਕਿ ਕੋਈ ਹੱਲ ਹੋਏਗਾ। ਅਸਲੀ ਕਿਸਾਨ ਬਹੁਤ ਵੱਡੀਆਂ ਮੁਸ਼ਕਲਾਂ 'ਚ। ਬਿਲਕੁਲ। ਪੰਜਾਬ ਦਾ ਕਿਸਾਨ ਹੋਵੇ, ਮਹਾਰਾਸ਼ਟਰ ਦਾ ਹੋਵੇ, ਮੱਧ ਪ੍ਰਦੇਸ਼ ਦਾ ਹੋਵੇ, ਆਂਧਰਾ ਪ੍ਰਦੇਸ਼ ਦਾ ਹੋਵੇ, ਤਾਮਿਲਨਾਡੂ ਦਾ ਹੋਵੇ ਜਾਂ ਰਾਜਸਥਾਨ ਦਾ ਹੋਵੇ, ਗੁਜਰਾਤ ਵਿੱਚ ਵੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਪਏ ਨੇ। ਬਿਲਕੁਲ। ਅਤੇ ਜੇ ਸਭ ਥਾਵਾਂ 'ਤੇ ਕਿਸਾਨ ਖੁਦਕੁਸ਼ੀਆਂ ਕਰਦੇ ਪਏ ਆ, ਅਤੇ ਜਦੋਂ ਅਸੀਂ ਕਿਸਾਨੀ ਦੇ ਦੁੱਖਾਂ ਦੀ ਗੱਲ ਕਰਦੇ ਹਾਂ, ਅਸੀਂ ਉਹਨਾਂ ਦੇ ਦੁੱਖਾਂ ਦੀ ਗੱਲ ਕਰਦੇ ਹਾਂ, ਅਸੀਂ ਉਹਨਾਂ ਦੇ ਦੁੱਖਾਂ ਦੀ ਗੱਲ ਨਹੀਂ ਕਰਦੇ ਜਿਨ੍ਹਾਂ ਦਾ ਇੱਕ ਫਾਰਮ ਬਾਦਲ ਸਾਹਿਬ ਦਾ ਬਾਦਲ ਪਿੰਡ ਆ, ਇੱਕ ਕਾਲ ਝਰਾਣੀ 'ਚ, ਇੱਕ ਬਾਲਾਸਰ ਦੇ ਵਿੱਚ ਆ, 10-12 ਇੱਕ ਉਹਨਾਂ ਦਾ ਬਾਜਪੁਰ ਦੇ ਵਿੱਚ, ਯੂਪੀ 'ਚ ਪਤਾ ਨਹੀਂ ਕਿੱਥੇ ਕਿੱਥੇ ਆ। ਇਹ ਵੀ ਜੇ ਉਹਨਾਂ ਨੂੰ ਪੁੱਛ ਲਓ ਬਾਦਲ ਸਾਹਿਬ ਤੁਹਾਡੇ ਫਾਰਮ ਕਿੱਥੇ ਕਿੱਥੇ ਆ, ਤਾਂ ਉਹਨਾਂ ਆਖਣਾ ਮੈਂ ਮੈਨੇਜਰ ਤੋਂ ਪੁੱਛ ਕੇ ਦੱਸਦਾ, ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਆ। ਅਤੇ ਉਹ ਕਿਸਾਨ ਨੇ, ਉਹ ਤਾਂ ਕਾਗਜ਼ੀ ਕਿਸਾਨ ਨੇ, ਅਸਲੀ ਕਿਸਾਨ ਜਿਹੜੇ ਉਹ ਦੁਖੀ ਨੇ, ਅਤੇ ਉਹਨਾਂ ਦੇ ਦੁੱਖ ਹੱਲ ਕਰਨੇ ਆ। ਅਤੇ ਜਿਹੜੇ ਵੱਡੇ ਆ ਜਾਂ ਜਿਹੜੇ ਅਫਸਰ ਜਿਨ੍ਹਾਂ ਨੇ ਸਿਰਫ ਟੈਕਸ ਬਚਾਉਣ ਵਾਸਤੇ ਖੇਤੀ ਸ਼ੁਰੂ ਕੀਤੀ ਹੈ, ਕਾਗਜ਼ੀ ਖੇਤੀ, ਉਹਨਾਂ ਦੀਆਂ ਸਬਸਿਡੀਆਂ ਦੇ ਉੱਤੇ ਕਿਤੇ ਨਾ ਕਿਤੇ ਰੋਕ ਲੱਗਣੀ ਚਾਹੀਦੀ ਹੈ। ਬਿਲਕੁਲ ਸਹੀ। ਵੇਲਾ ਇੱਕ ਹੋਰ ਬ੍ਰੇਕ ਦਾ ਜੀ, ਬ੍ਰੇਕ ਤੋਂ ਬਾਅਦ ਆਪਾਂ ਜਲਦ ਵਾਪਸ ਆ ਰਹੇ ਹਾਂ, ਬਣੇ ਰਹੋ ਸਾਡੇ ਨਾਲ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ, ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ 'ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਅਤੇ ਹੋਰ ਬਹੁਤ ਸਾਰੇ ਪਲੇਟਫਾਰਮਸ 'ਤੇ ਅਵੇਲੇਬਲ ਹਾਂ। ਅਤੇ ਸਭ ਤੋਂ ਜ਼ਰੂਰੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਨੂ ਸਾਹਿਬ, ਅਗਲੀ ਗੱਲ ਮੈਂ ਤੁਹਾਡੇ ਕੋਲੋਂ ਪੁੱਛਣੀ ਚਾਹੁੰਦਾ ਕਿ ਸਾਊਦੀ ਅਰਬ ਦੇ ਵਿੱਚ ਭਾਰਤੀ ਔਰਤਾਂ ਦੇ ਨਾਲ ਜ਼ਿਆਦਤੀ ਦੀਆਂ ਖਬਰਾਂ ਅੱਗੇ ਵੀ ਆਉਂਦੀਆਂ ਰਹੀਆਂ। ਹੁਣ ਗੁਰਾਇਆਂ ਦੀ ਇੱਕ ਕੁੜੀ ਦੀ ਖਬਰ ਸਾਹਮਣੇ ਆਈ ਹੈ ਕਿ ਉਹਨੇ ਵੀ ਅਪੀਲ ਕੀਤੀ ਹੈ ਹੈਲਪ ਦੇ ਲਈ, ਮਦਦ ਦੇ ਲਈ। ਇਹ ਸਾਰਾ ਵਰਤਾਰਾ ਕੀ ਹੈ, ਇਹ ਸਾਰੇ ਕੁਛ ਨੂੰ ਸਮਝਾਓ ਜ਼ਰਾ। ਇਹ ਜਿਹੜੇ ਸਾਊਦੀ ਅਰਬ ਵਾਲੇ ਆ, ਇਹਨਾਂ ਦੇਸ਼ਾਂ ਦੇ ਚਿੱਕੜ ਹੁੰਦਾ ਸੀ ਜੀ, ਦੂਸਰੇ ਦੇਸ਼ਾਂ 'ਚੋਂ ਆਏ ਸਾਇੰਟਿਸਟਾਂ ਨੇ ਦੱਸਿਆ ਕਿ ਚਿੱਕੜ ਦੀਆਂ ਦੇ ਵਿੱਚ ਤੇਲ ਹੈ, ਤੇਲ ਕੱਢੋ, ਤੇਲ ਕੱਢ ਕੇ ਵੇਚਣ ਲੱਗ ਪਏ, ਅਮੀਰ ਹੋ ਗਏ। ਮਾਨਸਿਕਤਾ ਪੁਰਾਣੇ ਜਗੀਰਦਾਰਾਂ ਵਾਲੀ ਆ ਕਿ ਤਕੜੇ ਤੋਂ ਕੁੱਟ ਖਾ ਲਓ ਅਤੇ ਮਾੜੇ ਨੂੰ ਕੁੱਟ ਲਓ ਜੀ। ਉਹਨਾਂ ਕੋਲ ਪੈਸਾ, ਜਿਹਦੇ ਕੋਲ ਬੇਲੋੜਾ ਪੈਸਾ ਆ ਜਾਵੇ, ਉਹਨੂੰ ਫਿਰ ਪੁੱਠੇ ਕੰਮ ਵੀ ਸੋਚਦੇ। ਸਾਊਦੀ ਅਰਬ ਦੇ ਵਿੱਚ ਇਸ ਵੇਲੇ ਜਿਹੜਾ ਜਾਣਾ, ਸਾਡੇ ਲੋਕ ਜਿੰਨੇ ਕੁ ਜਾਂਦੇ ਆ, ਉਹਨਾਂ ਨੂੰ ਜ਼ਲੀਲ ਉੱਥੇ ਬਹੁਤਿਆਂ ਨੂੰ ਹੋਣਾ ਪੈਂਦਾ, ਥੋੜ੍ਹੇ ਆ ਜਿਹੜੇ ਇੱਜ਼ਤ ਨਾਲ ਆਉਂਦੇ ਜੀ। ਸਾਡੇ ਜਿਹੜੇ 39 ਬੰਦੇ ਲੱਭਦੇ ਨਹੀਂ ਗਏ, ਇਰਾਕ ਵਿੱਚ ਚਲੇ ਗਏ ਸੀ, ਉਹ ਵੀ ਤਿੱਥੋਂ ਖਾੜੀ ਦੇ ਦੇਸ਼ਾਂ ਵਿੱਚ ਸਾਊਦੀ ਅਰਬ ਜਾਂ ਦੂਜਿਆਂ 'ਚ ਹੀ ਗਏ ਸੀ। ਬਿਲਕੁਲ। ਕੰਮ ਕਰਨ ਦੇ ਨਾਂ 'ਤੇ ਉੱਥੇ ਲਿਜਾ ਕੇ ਉਹਨਾਂ ਦੇ ਪਾਸਪੋਰਟ ਲੈ ਲਏ ਅਤੇ ਜਹਾਜ਼ਾਂ 'ਤੇ ਚੜ੍ਹ ਕੇ ਇਰਾਕ ਭੇਜਤਾ, ਕਿਉਂਕਿ ਇਰਾਕ ਵਿੱਚ ਉਹਨਾਂ ਦੀਆਂ ਫੈਕਟਰੀਆਂ ਸੀ, ਉੱਥੇ ਜਾਣ ਵਾਸਤੇ ਟਰੈਵਲ ਡਾਕੂਮੈਂਟ ਚਾਹੀਦੇ ਆ, ਪਾਸਪੋਰਟ ਦੀ ਲੋੜ ਹੀ ਨਹੀਂ, ਅਤੇ ਬੰਦੇ ਫਸ ਕੇ ਹੁਣ ਕੋਈ ਜ਼ਿੰਮੇਵਾਰ ਨਹੀਂ ਗਾ ਜੀ, ਅਤੇ ਸਾਡੇ ਇੱਥੋਂ ਵਾਲੇ ਟਰੈਵਲ ਏਜੰਟ ਵੀ ਜ਼ਿੰਮੇਵਾਰ ਨਹੀਂ ਜਿਹਨਾਂ ਘੱਲਿਆ। ਉਸੇ ਸਾਊਦੀ ਅਰਬ ਦੇ ਵਿੱਚ ਕਈ ਵਾਰ ਇਹ ਗੱਲ ਸਾਹਮਣੇ ਆਈ ਆ ਕਿ ਸਾਡੇ ਪੰਜਾਬੀ ਮੁੰਡਿਆਂ ਨੂੰ ਕੁੱਟਿਆ ਜਾਂਦਾ, ਮਾਰਿਆ ਜਾਂਦਾ, ਵੇਲੇ ਸਿਰ ਖਾਣਾ ਵੀ ਨਹੀਂ ਦਿੱਤਾ ਜਾਂਦਾ। ਉਹਨਾਂ ਦੀਆਂ ਕੰਪਨੀਆਂ ਵਿੱਚ ਜਿੱਥੇ ਜਿੱਥੇ ਉਹ ਕੰਮ ਕਰਦੇ ਆ, ਕਈ ਵਾਰੀ 6-6 ਮਹੀਨੇ ਕੰਮ 'ਤੇ ਲਵਾ ਕੇ ਬਗੈਰ ਤਨਖਾਹ ਤੋਂ ਚਪੇੜਾਂ ਮਾਰ ਕੇ ਤੋੜ ਦਿੰਦੇ ਆ, ਜੇ ਕੋਈ ਅੱਗੋਂ ਬੋਲੇ ਤਾਂ ਥਾਣੇ 'ਚ ਜਾ ਕੇ ਫੜਾ ਦਿੰਦੇ, ਇਹਨੇ ਚੋਰੀ ਕੀਤੀ ਆ, ਕੇਸ ਬਣਾਉਂਦੇ। ਇਹ ਤਾਂ ਗੁੰਡਾ ਰਾਜ ਬਣ ਗਿਆ। ਹਰ ਸਾਲ 200-400 ਸ਼ੇਖ ਉੱਥੋਂ ਆਉਂਦੇ ਨੇ, ਕੋਈ ਹੈਦਰਾਬਾਦ ਦੇ ਵਿੱਚ ਅਤੇ ਕੋਈ ਉਹਦੇ ਪਰੇ ਆਸੇ ਪਾਸੇ, ਇੱਥੋਂ ਆ ਕੇ ਮੁਸਲਮਾਨ ਪਰਿਵਾਰਾਂ 'ਚੋਂ ਭਾਰਤੀ ਕੁੜੀਆਂ ਨੂੰ, ਛੋਟੀਆਂ ਛੋਟੀਆਂ ਨੂੰ, 10-10, 12-12 ਸਾਲ ਦੀਆਂ ਨੂੰ, 80-80 ਸਾਲ ਦੇ ਬੁੱਢੇ ਵਿਆਹ ਕੇ ਲੈ ਜਾਂਦੇ ਜੀ। ਉੱਥੇ ਜਾ ਕੇ ਉਹਨਾਂ ਕੁੜੀਆਂ ਦਾ ਕੀ ਬਣਦਾ ਕਦੇ ਕਿਸੇ ਪੁੱਛਿਆ? ਪਹਿਲਾਂ ਇੱਥੋਂ ਬੱਚੇ ਲਿਜਾਂਦੇ ਹੁੰਦੇ ਸੀ ਊਠਾਂ ਦੀ ਰੇਸ ਵਾਸਤੇ, ਉਹਨਾਂ ਦੀ ਪਿੱਠ 'ਤੇ ਬੰਨ੍ਹ ਦਿਓ, ਊਠ ਭੱਜੇਗਾ, ਬੱਚਾ ਚੀਕਾਂ ਮਾਰੇਗਾ, ਊਠ ਹੋਰ ਭੱਜੇਗਾ। ਉਹਨਾਂ ਬੱਚਿਆਂ ਦੀਆਂ ਮੌਤਾਂ ਵੀ ਹੁੰਦੀਆਂ ਸੀ, ਫਿਰ ਸਰਕਾਰ ਨੇ ਰੋਕ ਲਾਈ ਸੀ ਜੀ। ਪਿਛਲੇ ਸਮੇਂ 'ਚ 3-4 ਕੇਸ ਹੋ ਗਏ ਆ ਕਿ ਇੱਥੋਂ ਬੀਬੀਆਂ ਘਰਾਂ ਵਿੱਚ ਕੰਮ ਕਰਨ ਦੇ ਨਾਂ 'ਤੇ ਲਿਜਾਈਆਂ ਜਾਂਦੀਆਂ ਕਿ ਉੱਥੇ ਡੋਮੈਸਟਿਕ ਹੈਲਪ ਵਾਸਤੇ ਜਾਣਗੀਆਂ ਸਰਵੈਂਟ ਦੇ ਤੌਰ 'ਤੇ। ਫਿਰ ਉਹਨਾਂ ਨੂੰ ਹਰ ਕਿਸਮ ਦਾ ਜ਼ਲੀਲ ਕੀਤਾ ਜਾਂਦਾ, ਕੁੱਟਮਾਰ ਕੀਤੀ ਜਾਂਦੀ, ਰੋਟੀ ਤੱਕ ਨਹੀਂ ਦਿੱਤੀ ਜਾਂਦੀ। ਸਾਡੇ ਨੂਰਮਹਿਲ ਦੀ ਇੱਕ ਬੀਬੀ ਆ, 2 ਮਹੀਨੇ ਪਹਿਲਾਂ ਆਈ ਜੀ। ਹੁਣ ਗੁਰਾਇਆ ਦੀ ਕੁੜੀ ਹੈ, ਮੈਂ ਕੁੜੀ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਮੁਸ਼ਕਲ 'ਚ ਹੋਵੇ ਤਾਂ ਉਹਦਾ ਨਾਂ ਲੈ ਕੇ ਉਹਨੂੰ ਜਲੀਲ ਨਹੀਂ ਕਰੀਦਾ ਜੀ। ਉਸ ਕੁੜੀ ਨੇ ਆਪਣੇ ਘਰ ਵਾਲਿਆਂ ਨੂੰ ਵੀ ਵਟਸਐਪ ਦੇ ਉੱਤੇ ਮੈਸੇਜ ਭੇਜਿਆ, ਭਗਵੰਤ ਮਾਨ ਦਾ ਵੀ ਤਰਲਾ ਲਿਆ ਕਿ ਮੈਂ ਤੁਹਾਡੇ ਬੱਚਿਆਂ ਵਰਗੀ, ਮੈਨੂੰ ਕਿਸੇ ਤਰੀਕੇ ਤੋਂ ਕੱਢੋ, ਮੈਂ ਨਰਕ ਵਿੱਚ ਫਸੀ ਹਾਂ ਜੀ। ਕਹਿੰਦੀ ਇੱਕ ਦਿਨ ਮੈਂ ਭੱਜ ਗਈ, ਕਿਸੇ ਦੀ ਮਦਦ ਨਾਲ ਥਾਣੇ ਚਲੀ ਗਈ, ਥਾਣੇ ਵਾਲਿਆਂ ਨੇ
ਭਾਰਤੀ ਅੰਬੈਸੀ ਵਾਲਿਆਂ ਨੂੰ ਦੱਸਣ ਦੇ ਬਜਾਏ ਮਾਲਕ ਨੂੰ ਦੱਸ ਦਿੱਤਾ, ਮਾਲਕ ਆਇਆ ਫਿਰ ਥਾਣੇ 'ਚ ਕੁੱਟ ਮਾਰ ਕੇ ਘਰ ਲੈ ਗਿਆ ਉਦੋਂ ਦੇ, ਫਿਰ ਨਾ ਰੋਟੀ ਦਿੰਦੇ ਨਾ ਕੁਛ, ਮੈਨੂੰ ਕੁੱਟਦੇ ਮਾਰਦੇ ਮੈਂ ਮਰ ਜੂੰਗੀ ਅਤੇ ਮੈਨੂੰ ਬਚਾਓ ਕਿਸੇ ਦਿਨ। ਮੋਦੀ ਸਾਹਿਬ ਉੱਥੇ ਗਏ ਸੀ, ਉੱਥੋਂ ਦੇ ਬਥੇਰੇ ਹੋਰ ਗੱਲਾਂ ਕਰਦੇ ਨੇ, ਪਰ ਉੱਥੋਂ ਦੀ ਸਰਕਾਰ ਨਾਲ ਇਹ ਗੱਲ ਕਿਉਂ ਨਹੀਂ ਕਰਦੇ ਕਿ ਸਾਡੇ ਲੋਕਾਂ ਨੂੰ ਇੰਨਾ ਜ਼ਲੀਲ ਕਿਉਂ ਕੀਤਾ ਜਾਂਦਾ, ਇਹ ਬੰਦੇ ਆ, ਇਹ ਕੋਈ ਕੀੜੇ ਮਕੌੜੇ ਥੋੜ੍ਹੇ। ਬਿਲਕੁਲ, ਭਾਰਤ ਸਰਕਾਰ ਨੂੰ ਜਿਸ ਤਰ੍ਹਾਂ ਇਹ ਗੱਲ ਖੁੱਲ੍ਹ ਕੇ ਕਰਨੀ ਚਾਹੀਦੀ ਹੈ, ਉਹ ਨਹੀਂ ਕੀਤੀ ਜਾ ਰਹੀ, ਇਸ ਕੇਸ ਤੋਂ ਬਾਅਦ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਔਰ ਜਿਹੜੇ ਪੰਜਾਬ ਦੇ 13 ਲੋਕ ਸਭਾ ਮੈਂਬਰ ਹੈ, ਥੋੜ੍ਹੇ 12 ਨੇ, 13ਵਾਂ ਅੱਜ ਚੁਣਿਆ ਜਾਣਾ, ਜਿਹੜੇ 7 ਰਾਜ ਸਭਾ ਮੈਂਬਰ ਨੇ, ਇਹ ਉੱਥੇ ਜੇ ਜਾਂਦੇ ਨੇ ਪਾਰਲੀਮੈਂਟ 'ਚ ਤਾਂ ਇਹਨਾਂ ਦਾ ਫਰਜ਼ ਹੈ ਕਿ ਪੰਜਾਬ ਦੇ ਲੋਕਾਂ ਦਾ ਕੋਈ ਦੁੱਖ ਹੈਗਾ ਤਾਂ ਉੱਥੇ ਜਾ ਕੇ ਪੇਸ਼ ਕਰਨ, ਇਹਨਾਂ ਦੀ ਜ਼ਿੰਮੇਵਾਰੀ ਹੈ। ਬਿਲਕੁਲ ਸਹੀ ਜੀ, ਸੋ ਕਿਤੇ ਨਾ ਕਿਤੇ ਲੀਡਰਾਂ ਦੀ ਕਮਜ਼ੋਰੀ ਇਹਦੇ 'ਚ ਨਜ਼ਰ ਆਉਂਦੀ ਹੈ। ਪਰ ਸਾਹਿਬ, ਪਾਕਿਸਤਾਨ ਦੀ ਅਦਾਲਤ ਨੇ ਨਵਾਜ਼ ਸ਼ਰੀਫ ਦੇ ਧੀ ਜਵਾਈ ਨੂੰ ਤਾਂ ਜ਼ਮਾਨਤ ਦੇ ਦਿੱਤੀ ਅਤੇ ਦੋਵੇਂ ਪੁੱਤਰ ਜਿਹੜੇ ਨੇ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ, ਇਹ ਕੇਸ ਕੀ ਹੈ ਅਤੇ ਹੋਰ ਕੀ ਸੰਭਾਵਨਾ? ਦੇਖੋ, ਪਾਕਿਸਤਾਨ ਦੇ ਵਿੱਚ ਇੱਕ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਜਿਹੜਾ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਲੇਖਾ ਪੱਤਾ ਮੰਗਦਾ, ਜਿਹਦੇ ਖਿਲਾਫ਼ ਪੈ ਰਹੇ ਕੇਸ, ਉਹ ਤੋਂ ਪੁੱਛਦਾ ਜੀ। ਇਹਨਾਂ ਦੇ ਖਿਲਾਫ਼ ਸ਼ਿਕਾਇਤ ਹੋਈ ਇਮਰਾਨ ਖਾਨ ਨੇ ਕੀਤੀ, ਸਾਬਕਾ ਕ੍ਰਿਕਟ ਖਿਡਾਰੀ ਨੇ, ਉਹ ਲੀਡਰ ਆ, ਅੱਗੋਂ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਜੀ। ਪਨਾਮਾ ਦੇ ਵਿੱਚ ਜਾਅਲੀ ਕੰਪਨੀਆਂ ਬਣਾ ਕੇ ਬਹੁਤ ਸਾਰੇ ਦੁਨੀਆ ਦੇ ਲੋਕ ਉੱਥੇ ਬਲੈਕ ਮਨੀ ਜਮ੍ਹਾਂ ਕਰਾਉਂਦੇ ਆ, ਉਹਨੂੰ ਬੁਲਾਵੇ ਪਾ ਕੇ 2-3 ਦੇਸ਼ਾਂ 'ਚੋਂ ਘੁੰਮਾ ਕੇ ਲੈ ਆਉਂਦੇ ਸੀ ਅਤੇ ਬਲੈਕ ਤੋਂ ਵਾਈਟ ਕਰ ਲੈਂਦੇ ਸੀ। ਨਵਾਜ਼ ਸ਼ਰੀਫ ਦੇ ਪਰਿਵਾਰ ਨੇ ਵੀ ਉਹ ਕੀਤਾ, ਇਹਨਾਂ ਨੇ ਲੰਡਨ 'ਚ ਜਾ ਕੇ ਜਾਇਦਾਦ ਬਣਾਈ, ਹੋਰਨਾਂ ਥਾਵਾਂ 'ਤੇ ਬਣਾਈ, ਅਮੀਰ ਤਾਂ ਬਹੁਤ ਨੇ, ਐਡਾ ਇਹਨਾਂ ਨੂੰ ਬੁਲਾਵੇ ਪਾਉਣ ਦੀ ਲੋੜ ਨਹੀਂ ਸੀ। ਇਹ ਸਟੀਲ ਕਿੰਗ ਹੈ ਪਾਕਿਸਤਾਨ ਦਾ, ਉਹਦੇ ਵਿੱਚ ਬਥੇਰਾ ਕੁਛ ਹੋ ਸਕਦਾ ਸੀ, ਪਰ ਪੈਸੇ ਦੀ ਭੁੱਖ ਜਾਂਦੀ ਨਹੀਂ। ਉਹਦੇ ਜਦੋਂ ਪਨਾਮਾ 'ਚ ਪੇਪਰ ਲੀਕ ਹੋਏ ਨੇ ਅਤੇ ਉਹ ਸ਼ਿਕਾਇਤ ਇੱਥੇ ਆ ਗਈ, ਇਹਨੇ ਉਹ ਸ਼ਿਕਾਇਤ ਤੋਂ ਬਚਣ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਜਾਂਚ ਕਮੇਟੀ ਬਣਾਈ ਸੀ, ਉਹ ਸਾਹਮਣੇ ਇੱਕ ਐਫੀਡੇਵਿਟ ਦਿੱਤਾ, ਉਹ ਐਫੀਡੇਵਿਟ ਗਲਤ ਸਾਬਤ ਹੋ ਗਿਆ। ਉਹਦੇ 'ਚ ਉਹਨੂੰ ਪਾਰਲੀਮੈਂਟ ਦੀ ਮੈਂਬਰੀ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ, ਉਹਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪੈ ਗਿਆ। ਹੁਣ ਇਹਦੀਆਂ ਪੇਸ਼ੀਆਂ ਹੁੰਦੀਆਂ, ਧੀ ਜਵਾਈ ਦੀਆਂ ਹੁੰਦੀਆਂ, ਦੋਵੇਂ ਪੁੱਤਰਾਂ ਦੀਆਂ ਹੁੰਦੀਆਂ ਨੇ। ਨਵਾਜ਼ ਸ਼ਰੀਫ ਦੇ ਪਰਿਵਾਰ ਦੀ ਇੱਕ ਕਿਸਮ ਦੀ ਇੱਕ ਰਣਨੀਤੀ, ਇੱਕ ਸਟ੍ਰੈਟਜੀ ਹੈ ਕਿ ਸਾਰਾ ਪਰਿਵਾਰ ਇਕੱਠੇ ਨਾ ਪੇਸ਼ ਹੋਇਆ। ਜੇ ਇਕੱਠੇ ਪੇਸ਼ ਹੋਏ, ਅਦਾਲਤ ਨੇ ਸਾਰਿਆਂ ਨੂੰ ਜੇਲ੍ਹ ਕਰਤਾ, ਮਗਰੋਂ ਪੈਰਵੀ ਕੌਣ ਕਰੋ? ਉਹਦੇ ਲਈ ਫਿਰ ਇੱਦਾਂ ਕਰਦੇ ਆ ਕਿ ਧੀ ਜਵਾਈ ਨੂੰ ਵੀ, ਦੋਵੇਂ ਪੁੱਤਰਾਂ ਨੂੰ ਵੀ ਲੰਡਨ ਭੇਜਤਾ, ਨਵਾਜ਼ ਸ਼ਰੀਫ ਆਇਆ, ਆ ਕੇ ਪੇਸ਼ ਹੋ ਗਿਆ, ਉਹਦੀ ਜ਼ਮਾਨਤ ਹੋ ਗਈ, ਉਹ ਅਗਲੇ ਦਿਨ ਲੰਡਨ ਨੂੰ ਚਲਾ ਗਿਆ, ਧੀ ਜਵਾਈ ਆ ਗਏ, ਧੀ ਦੇ ਵਾਰੰਟ ਸੀਗੇ, ਜਵਾਈ ਦੇ ਨਾਨ ਅਵੇਲੇਬਲ ਸੀ ਕਿ ਜਿੱਥੇ ਮਿਲੇ ਗ੍ਰਿਫਤਾਰ ਕਰ ਲਓ, ਉਹਦੀ ਜ਼ਮਾਨਤ ਨਹੀਂ ਲੈਣੀ, ਜ਼ਮਾਨਤ ਅਦਾਲਤ ਲਓ। ਉਹਨਾਂ ਦੋਵਾਂ ਨੂੰ ਵੱਖੋ ਵੱਖ ਲਿਆ ਕੇ ਅਦਾਲਤ 'ਚ ਪੇਸ਼ ਕੀਤਾ, ਉਹਨਾਂ ਦੀ ਜ਼ਮਾਨਤ ਹੋ ਗਈ। ਹੁਣ ਉਹ ਲੰਡਨ ਦੌੜ ਜਾਣਗੇ, ਮੁੰਡੇ ਦੋਵੇਂ ਆ ਜਾਣਗੇ, ਮੁੰਡਿਆਂ ਨੂੰ ਵੀ ਅਦਾਲਤ ਨੇ ਭਗੌੜੇ ਡਿਕਲੇਅਰ ਕਰਤਾ ਜੀ। ਇੱਕ ਕੋਸ਼ਿਸ਼ ਇਹ ਵੀ ਹੋ ਸਕਦੀ ਹੈ ਕਿ ਮੁੰਡੇ ਦੋਵੇਂ ਕਹਿਣ ਜੀ ਅਸੀਂ ਪੇਸ਼ ਹੀ ਨਹੀਂ ਹੁੰਦੇ, ਜਾਓ ਤੁਸੀਂ ਜੋ ਕਰਨਾ ਕਰ ਲਓ। ਬਾਪੂ ਵੱਡੀ ਭੈਣ ਜੀ ਜੀ ਭੁਣਈਆ, ਉਹ ਕੇਸ ਭੁਗਤਦੇ ਰਹਿਣਗੇ, ਮੁੰਡੇ ਬਾਹਰ ਬੈਠੇ, ਪੈਸਾ ਉਹਨਾਂ ਕੋਲ ਬਥੇਰਾ, ਉਸ ਪੈਸੇ ਨਾਲ ਇਹਨਾਂ ਦੇ ਕੇਸਾਂ ਦੀ ਪੈਰਵੀ ਕਰਦੇ ਰਹਿਣਗੇ। ਪਰ ਜੇ ਮੁੰਡੇ ਵੀ ਇੱਥੇ ਆ ਗਏ ਜੀ ਜੀ, ਜਿਸ ਦਿਨ ਚਾਰਜਸ਼ੀਟ ਫਾਈਲ ਹੋਣੀ ਆ, ਉਸ ਦਿਨ ਜੱਜਾਂ ਨੇ ਆਖਣਾ ਕਿ ਸਾਰੇ ਜਿਨ੍ਹਾਂ ਜਿਨ੍ਹਾਂ ਦੀਆਂ ਜਮਾਨਤਾਂ ਹੋਈਆਂ ਹਾਜ਼ਰ ਹੋ। ਜਮਾਨਤ ਹੋਈ ਹੈ ਜੇ ਬਾਪੂ ਦੀ, ਕੁੜੀ ਦੀ ਅਤੇ ਜਵਾਈ ਦੀ, ਇਹ ਤਿੰਨੇ ਉੱਥੇ ਹੋਣਗੇ। ਜੇ ਅਦਾਲਤ ਨੇ ਕਹਿਤਾ ਕਿ ਸਬੂਤ ਖੁਰਦਬਰਦਨਾ ਕਰ ਦੇਣਾ, ਤਿੰਨਾਂ ਨੂੰ ਜੇਲ੍ਹ ਭੇਜ ਦਿਓ, ਘੱਟੋ ਘੱਟ 2 ਮੁੰਡੇ ਤਾਂ ਬਾਹਰ ਬਚੇ ਰਹਿਣਗੇ, ਅਤੇ ਜੇ ਉਹ ਵੀ ਆਏ ਹੋਏ ਅਤੇ ਸਾਰਿਆਂ ਨੂੰ ਇੱਕੋ ਹੀ ਪਿੰਜਰੇ 'ਚ ਤਾੜ ਕੇ ਜੇਲ੍ਹ ਭੇਜ ਦਿੱਤਾ, ਅਤੇ ਮਗਰ ਉਹਨਾਂ ਦੀ ਪੈਰਵੀ ਕੌਣ ਕਰੂ? ਬਿਲਕੁਲ, ਜਨਰਲ ਮੁਸ਼ਰਫ ਇਹਨਾਂ ਗੱਲਾਂ ਤੋਂ ਡਰਦਾ ਹੀ ਆਪਣੀ ਮਾਂ ਦੇ ਇਲਾਜ ਦੇ ਬਹਾਨੇ ਭੱਜ ਕੇ ਦੁਬਈ ਜਾ ਵੜਿਆ, ਹੁਣ ਵੜਦਾ ਨਹੀਂ ਉੱਥੇ ਜਦ ਤੱਕ ਹਾਲਾਤ ਸੁਖਾਵੇਂ ਨੇ, ਉਹਨੇ ਨਹੀਂ ਆਉਣਾ। ਉਹੀ ਕਹਾਣੀ ਹੁਣ ਇਸ ਵੇਲੇ ਨਵਾਜ਼ ਸ਼ਰੀਫ ਦਾ ਪਰਿਵਾਰ ਕਰਦਾ ਪਿਆ ਕਿ ਹੋਰ ਤਾਂ ਕੋਈ ਹੱਲ ਰਹਿ ਨਹੀਂ ਗਿਆ, ਆਪਾਂ ਜਾਂ ਤਾਂ ਫਿਰ ਭੁਗਤੀਏ, ਜਾਂ ਫਿਰ ਇਹ ਆ ਕਿ ਅੱਧੇ ਕੁ ਜੀ ਭੁਗਤੀਏ, ਅੱਧੇ ਕੁ ਬਾਹਰ ਬੈਠੇ ਹੋਣਗੇ, ਘੱਟੋ ਘੱਟ ਕੋਈ ਪੈਰਵੀ ਤਾਂ ਕਰੇਗਾ। ਉਸ ਨੀਤੀ 'ਚ ਨਵਾਜ਼ ਸ਼ਰੀਫ ਦੇ ਦੋਵੇਂ ਪੁੱਤਰ ਭਗੌੜੇ ਜਿਹੜੇ ਡਿਕਲੇਅਰ ਕੀਤੇ ਗਏ, ਮੇਰਾ ਖਿਆਲ ਛੇਤੀ ਅਜੇ ਪੇਸ਼ ਨਹੀਂ ਆਉਣਗੇ ਜੀ। ਕੁੱਲ ਮਿਲਾ ਕੇ ਸਕੀਮਾਂ ਹੀ ਨੇ ਜੀ ਜਿਹੜੀਆਂ ਲੱਗ ਰਹੀਆਂ। ਪੁੰਨੂ ਸਾਹਿਬ, ਤੁਸੀਂ ਸਮਾਂ ਕੱਢਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਅਤੇ ਇਸ ਦੇ ਨਾਲ ਹੀ ਆਪਾਂ ਹੁਣ ਇਸ ਪ੍ਰੋਗਰਾਮ ਨੂੰ ਪ੍ਰਾਈਮ ਡਿਸਕਸ਼ਨ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਟੀ ਵੀ 'ਤੇ ਦੇਖ ਰਹੇ ਹਾਂ ਤਾਂ ਤੁਹਾਡਾ ਬਹੁਤ ਧੰਨਵਾਦ, ਹੁਣ ਮੈਂ ਇਜਾਜ਼ਤ ਲੈਣ ਲੱਗਿਆ। ਪਰ ਜੇ ਤੁਸੀਂ ਇਹਨੂੰ ਯੂਟਿਊਬ ਦੇ ਉੱਪਰ ਦੇਖ ਰਹੇ ਹੋ ਜਾਂ ਬਾਅਦ 'ਚ ਦੇਖੋ ਤਾਂ ਥੱਲੇ ਸਬਸਕ੍ਰਾਈਬ ਦਾ ਬਟਨ ਹੈ ਜੀ, ਉਹਨੂੰ ਜ਼ਰੂਰ ਪ੍ਰੈਸ ਕਰਦਾ ਕਰੋ, ਬੜੀ ਮਿਹਰਬਾਨੀ। ਸਾਡੇ ਪੇਜ ਨੂੰ ਫੇਸਬੁੱਕ ਦੇ ਉੱਪਰ ਵੀ ਲਾਈਕ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀ ਵੀ ਨੂੰ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ, ਤੁਹਾਡੇ ਲਈ। ਪ੍ਰ
ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਹੁਣ ਇੰਡੀਆ ਵਿੱਚ ਵੀ ਦੇਖ ਸਕਦੇ ਹੋ ਐਮਾਜ਼ਾਨ ਫਾਇਰ ਸਟਿਕ ਦੇ ਜ਼ਰੀਏ। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ। ਤੇ ਸਭ ਤੋਂ ਜ਼ਰੂਰੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਸਾਰੇ ਪਲੇਟਫਾਰਮਸ 'ਤੇ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਦੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।